ਜੇ ਸਰਕਾਰ ਦੇ ਦਿਲ ਦਿਮਾਗ 'ਚ ਕੋਈ ਲੋਕਾਂ ਦੇ ਪ੍ਰਤੀ ਪਿਆਰ ਸਤਿਕਾਰ ਆਪਣੀ ਆਵਾਮ ਲਈ ਹੋਵੇ, ਆਪਣੀ ਜਨਤਾ ਲਈ, ਅਤੇ ਇਹੋ ਜਿਹਾ ਕੁਛ ਨਾ ਕਰਦੇ ਹੋ ਤਾਂ 10-15 ਦਿਨਾਂ ਜਾਣ ਕੇ ਸਰਕਾਰਾਂ ਬੜੇ ਬੜੇ ਮੁੱਦਿਆਂ 'ਤੇ ਗੱਲਬਾਤ ਬੈਠ ਕੇ ਸੁਣ ਲੈਂਦੀਆਂ, ਜੋ ਉਹਨਾਂ ਦੀਆਂ ਪਬਲਿਕ ਦੀ ਮੰਗ ਹੁੰਦੀ ਉਹਨੂੰ ਪੂਰੀ ਕਰ ਦਿੰਦੀਆਂ ਵਾਂ। ਪਰ ਇਹ ਬਸ਼ਰਮਾ ਦਾ ਟੋਲਾ ਵਾ, ਇਹਦਾ ਪੁਤਲਾ ਸਾੜਿਆ ਵਾ। ਜਿੰਨੀ ਸਾਡੇ ਨਾਲ ਸੰਗਤ ਆ, 5-5 ਛਿੱਤਰ ਵੀ ਮੋਦੀ ਦੇ ਮਾਰੇ ਗਏ ਸਿਰ ਦੇ ਵਿੱਚ। ਇਹ ਹੁਣ ਸਿਰਫ ਛਿੱਤਰ ਨੂੰ ਉਹਨੂੰ ਸਮਝਣਾ ਚਾਹੀਦਾ ਕਿ ਇਹ ਛਿੱਤਰ ਪੁਤਲਿਆਂ ਦੇ ਨਹੀਂ ਵੱਜਦੇ, ਉਹਦੇ ਸਿਰ ਦੇ ਵਿੱਚ ਵੱਜਦੇ ਆ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦੋਸਤਾਂ ਜੀ, ਮੈਂ ਤਨ ਤੋਂ ਪਵਾਂ ਗੱਲ ਕਰੀ ਆਪਾਂ ਲਗਾਤਾਰ ਪਿਛਲੇ 6 ਮਹੀਨੇ ਤੋਂ ਦਿੱਲੀ ਦੇ ਵਿੱਚ ਕਿਸਾਨੀ ਮੋਰਚਾ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਜਾਰੀ ਕੇਂਦਰ ਸਰਕਾਰ ਦੇ ਖਿਲਾਫ਼ ਕਿ ਦਿੱਲੀ ਜੋ ਕਿ ਕੇਂਦਰ ਸਰਕਾਰ ਨੇ ਜੋ 3 ਪਹਿਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਰੱਦ ਕੀਤਾ ਜਾਵੇ। ਤਾਂ ਗੱਲ ਕਰੀਏ 26 ਤਰੀਕ ਹਰ ਮਹੀਨੇ ਦੀ 26 ਤਰੀਕ ਨੂੰ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ਼ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤਾ। ਅਗਰ ਗੱਲ ਕਰੀਏ 26 ਮਈ ਵਾਲੇ ਦਿਨ ਵੀ ਅੱਜ ਪੂਰੇ ਪੰਜਾਬ ਭਰ ਵਿੱਚ ਕਾਲੀਆਂ ਝੰਡੀਆਂ ਕੋਠੀਆਂ ਲੋਕਾਂ ਨੇ ਲਹਿਰਾ ਕੇ ਕੇਂਦਰ ਸਰਕਾਰ ਬਗਲਾ ਦੇ ਨਾਲ ਸੜਕਾਂ ਅਤੇ ਬਾਜ਼ਾਰਾਂ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ। ਪਰ ਗੱਲ ਕੀ ਤੰਤਰ ਸਾਧ ਸੰਤਾਂ ਦੇ ਕਿਸਾਨ ਆਗੂ ਸੰਤਾਂ ਤੋਂ ਗੁਰਦੇਵ ਸਿੰਘ ਸੰਧੂ ਨਾਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ, ਜਿਨ੍ਹਾਂ ਨੇ ਤੰਤਰ ਜਬਾਲ ਚੌਂਕ ਬਾਈਪਾਸ ਵਿੱਚ ਹਜ਼ਾਰਾਂ ਕੀਤੀ ਬੀਤੀ ਵਿੱਚ ਕਿਸਾਨ ਆਗੂਆਂ ਨਾਲ ਮਿਲ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਗੱਲ ਕਰਨ ਦੀ ਖੁਸ਼ੀ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਕੀ ਕਹਿਣਾ ਚਾਹੋਗੇ? ਲਗਾਤਾਰ ਪਿਛਲੇ 6 ਮਹੀਨੇ ਤੋਂ ਕਿਸਾਨੀ ਮੋਰਚਾ ਲਗਾਤਾਰ ਸੰਯੁਕਤ ਲੱਗਾ ਹੈ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਖਿਲਾਫ਼, 3 ਕਾਨੂੰਨ ਲਗਾਏ ਜੋ ਕਿ ਕੇਂਦਰ ਸਰਕਾਰ ਰੱਦ ਨਹੀਂ ਕਰਦੀ, ਇਹਨੂੰ ਕੀ ਸਮਝਦੀ ਹੈ? ਵੇਖੋ ਜੀ, ਇਹ ਸਰਕਾਰ ਵਾਸਤੇ ਬਹੁਤ ਵੱਡੀ ਬੇਸ਼ਰਮੀ ਵਾਲੀ ਗੱਲ ਵਾ। ਜੇ ਸਰਕਾਰ ਦੇ ਦਿਲ ਦਿਮਾਗ 'ਚ ਕੋਈ ਲੋਕਾਂ ਦੇ ਪ੍ਰਤੀ ਪਿਆਰ ਸਤਿਕਾਰ ਆਪਣੀ ਆਵਾਮ ਲਈ ਹੋਵੇ, ਆਪਣੀ ਜਨਤਾ ਲਈ, ਅਤੇ ਇਹੋ ਜਿਹਾ ਕੁਛ ਨਾ ਕਰਦੇ ਹੋ ਤਾਂ 10-15 ਦਿਨਾਂ ਜਾਣ ਕੇ ਸਰਕਾਰਾਂ ਬੜੇ ਬੜੇ ਮੁੱਦਿਆਂ 'ਤੇ ਗੱਲਬਾਤ ਬੈਠ ਕੇ ਸੁਣ ਲੈਂਦੀਆਂ, ਜੋ ਉਹਨਾਂ ਦੀਆਂ ਪਬਲਿਕ ਦੀ ਮੰਗ ਹੁੰਦੀ ਉਹਨੂੰ ਪੂਰੀ ਕਰ ਦਿੰਦੀਆਂ ਵਾਂ। ਪਰ ਇਹ ਬਸ਼ਰਮਾ ਦਾ ਟੋਲਾ ਵਾ, ਇਹ ਗੁੰਡਾ ਸਰਕਾਰ ਵਾ। ਕੋਈ ਸਰਕਾਰ, ਇਹ ਤੁਹਾਨੂੰ ਅੱਗੇ ਵੀ ਦੱਸ ਚੁੱਕੇ ਹਾਂ ਕਿ ਆਪਣੇ ਆਪ ਬਣੀ ਹੋਈ ਸਰਕਾਰ ਆ, AVM ਮਸ਼ੀਨਾਂ ਰਾਹੀਂ ਹੇਰਾ ਫੇਰੀ ਕਰਕੇ ਸਰਕਾਰ ਬਣੀ ਆ, ਤਾਂ ਹੀ ਉਹ ਇੰਨੇ ਲੋਕਾਂ ਪ੍ਰਤੀ ਪਿਆਰ ਨਹੀਂ ਹੈਗਾ। ਇਹਨਾਂ ਨੂੰ ਪਤਾ ਜਿਸ ਤਰ੍ਹਾਂ ਅਸੀਂ ਬਣੇ ਹਾਂ, ਜਾਅਲੀ ਤਰੀਕੇ ਨਾਲ ਸਰਕਾਰ ਬਣਾਈ ਹੈ ਨਾ, ਇਹਨਾਂ ਦੇ ਦਿਲਾਂ 'ਚ ਲੋਕਾਂ ਲਈ ਪਿਆਰ ਹੈ ਨਹੀਂ, ਲੋਕਾਂ ਵਾਸਤੇ ਇਹਨਾਂ ਦੇ ਦਿਲਾਂ ਲੋਕਾਂ ਦੇ ਦਿਲਾਂ 'ਚ ਇਹਨਾਂ ਲਈ ਪਿਆਰ ਨਹੀਂ ਹੈਗਾ। ਇਹ ਜਿਹੜੇ ਕਾਲੇ ਕਾਨੂੰਨ ਆ, ਪਬਲਿਕ ਨੇ ਛਿੱਤਰ ਮਾਰ ਕੇ ਇਹਨਾਂ ਤੋਂ ਵਾਪਸ ਕਰਾਉਣੇ ਆ, ਇਹ ਕੋਈ ਨਹੀਂ ਗੱਲ ਵੀ ਜਿਹੜਾ ਕਾਨੂੰਨ ਵਾਪਸ ਨਹੀਂ ਹੋਣਗੇ, ਬਿਲਕੁਲ 3 ਕਾਲੇ ਕਾਨੂੰਨ ਵਾਪਸ ਹੋਣਗੇ। ਕਰਾ ਕੇ ਰਵਾਂਗੇ, ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਦਮ ਖੜ੍ਹੇ ਹਾਂ। ਜਦੋਂ ਸੰਯੁਕਤ ਮੋਰਚੇ ਦੀ ਕਾਲ ਆਉਂਦੀ, ਅਸੀਂ ਪਹਿਰਾ ਦੇਵਾਂਗੇ। ਤਰਨ ਤਾਰਨ ਤੋਂ ਸਾਰੀ ਸਮੁੱਚੀ ਟੀਮ ਲੈ ਕੇ ਜਿੱਥੇ ਜੋ ਲੋੜ ਵਾ, ਅੱਜ ਅਸੀਂ ਮੋਦੀ ਸਰਕਾਰ ਦਾ, ਮੁਗਲੀਆ ਸਰਕਾਰ ਦਾ ਬੋੜੀਆ ਆਪਣਾ ਚਬਾਲ ਚੌਂਕ ਦੇ ਵਿੱਚ ਇਹਦਾ ਪੁਤਲਾ ਸਾੜਿਆ ਵਾ। ਜਿੰਨੀ ਸਾਡੇ ਨਾਲ ਸੰਗਤ ਆ, 5-5 ਛਿੱਤਰ ਵੀ ਮੋਦੀ ਦੇ ਮਾਰੇ ਗਏ ਸਿਰ ਦੇ ਵਿੱਚ। ਇਹ ਹੁਣ ਸਿਰਫ ਛਿੱਤਰ ਨੂੰ ਉਹਨੂੰ ਸਮਝਣਾ ਚਾਹੀਦਾ ਕਿ ਇਹ ਛਿੱਤਰ ਪੁਤਲਿਆਂ ਦੇ ਨਹੀਂ ਵੱਜਦੇ, ਉਹਦੇ ਸਿਰ ਦੇ ਵਿੱਚ ਵੱਜਦੇ ਆ। ਐਡਾ ਬਸ਼ਰਮ ਸਰਕਾਰ ਜਿਹੜੀ ਆ, ਉਹਨੂੰ ਇੰਨੀ ਬਸ਼ਰਮੀ 'ਤੇ ਨਹੀਂ ਉਤਰਨਾ ਚਾਹੀਦਾ, ਆਪਣੀ ਪਬਲਿਕ ਦੀ, ਆਪਣੀ ਆਵਾਮ ਦੀ ਆਵਾਜ਼ ਸੁਣਨੀ ਚਾਹੀਦੀ ਆ। ਸੰਯੁਕਤ ਕਿਸਾਨ ਮੋਰਚੇ ਨੂੰ ਜਾਂ ਢਾਲ ਲਾਉਣ ਲਈ ਲਗਾਤਾਰ ਜੋ ਕੇਂਦਰ ਸਰਕਾਰ ਵੱਲੋਂ ਕੋਦੀਆਂ ਚਾਲਾਂ ਕੀਤੀਆਂ ਜਾ ਰਹੀਆਂ, ਤੁਹਾਨੂੰ ਲੱਗਦਾ ਕਿ ਲਗਾਤਾਰ ਕਿਸਾਨ ਜਿੱਥੇ ਬੰਦੇ ਦੇ ਇਹ ਸੰਘਰਸ਼ ਹੋਰ ਲਗਾਤਾਰ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ, ਕਿਉਂਕਿ ਵੇਖਿਆ ਜਾਵੇ ਹੁਣ ਵੀ ਕੁਝ ਦਿਨਾਂ ਤੋਂ ਕਿਸਾਨ ਆਗੂ ਤਨ ਤਨ ਤੋਂ ਹਰੀਕੇ ਤੋਂ ਕਈ ਰਵਾਨਾ ਹੋ ਚੁੱਕੇ ਨੇ, ਅਤੇ ਤੁਹਾਨੂੰ ਕੀ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਹੋਰ ਤਿਆਰੀ ਕੀਤੀ ਜਾ ਰਹੀ ਹੈ? ਵੇਖੋ ਜੀ, ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਵੀ ਜਿਹੜੀਆਂ ਚੰਗੀਆਂ ਸਰਕਾਰਾਂ ਹੁੰਦੀਆਂ ਉਹ ਇਹਨਾਂ ਨੀਤੀਆਂ 'ਤੇ ਉਤਰਦੀਆਂ ਨਹੀਂ। ਇਹ ਗੁੰਡਾਗਰਦੀ ਮੁਗਲੀਆ ਸਰਕਾਰ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਮੁਗਲ ਕਰਦੇ ਰਹੇ ਆ, ਉਹ ਜੀ ਸਰਕਾਰ ਆ, ਇਹ ਬਿਲਕੁਲ ਲੋਕਾਂ ਲਈ ਪਿਆਰ ਸਤਿਕਾਰ ਇਹ ਸਰਕਾਰ ਦੇ ਦਿਮਾਗ 'ਚ ਨਹੀਂ ਹੈਗਾ। ਇਹ ਗੰਦੀ ਸਰਕਾਰ ਆ, ਮਾੜੀ ਸਰਕਾਰ ਆ, ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਦੀ ਬਸ਼ੱਕ ਦੀ ਆਉਣ ਵਾਲੀਆਂ ਇਲੈਕਸ਼ਨਾਂ ਤੱਕ ਕੰਮ ਚੱਲੇ, ਕਾਲੇ ਕਾਨੂੰਨ ਰੱਦ ਕਰਾ ਕੇ ਰਵਾਂਗੇ। ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ, ਉਹਨੂੰ ਲੈ ਕੇ ਕਿਤਨਾ ਵੇਖ ਰਹੇ? ਪੰਜਾਬ ਦੇ ਵਿੱਚ ਲਗਾਤਾਰ ਅਕਾਲੀ ਦਲ, ਕਾਂਗਰਸ, ਹੋਰ ਪਾਰਟੀ ਰਿਵਾਇਤੀ ਪਾਰਟੀਆਂ ਪਿੰਡਾਂ ਦੇ ਵਿੱਚ ਦਾਖਲ ਹੋਣ ਜਾ ਰਹੀਆਂ ਨੇ ਵੋਟਾਂ ਲੈ ਕੇ, ਤਾਂ ਕਰਦਾ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੇ ਲੋਕ ਕੀ ਫੈਸਲੇ ਲੈ ਸਕਦੇ ਨੇ? ਵੇਖੋ, ਬਾਕੀ ਜਿਹੜੀਆਂ ਪਾਰਟੀਆਂ ਵਾ ਨਾ, ਬਾਕੀ ਪਾਰਟੀਆਂ ਨੂੰ ਤਾਂ ਲੋਕਾਂ ਵੇਖਣਾ ਵੀ ਕਿਹੜੀ ਪਾਰਟੀ ਚੰਗਾ ਕੰਮ ਕਰਦੀ ਆ, ਪਿਆਰ ਸਤਿਕਾਰ ਨਾਲ ਵੋਟ ਕਿਸੇ ਦੀ ਵੱਧ ਹੋ ਗਈ, ਕਿਸੇ ਘੱਟ ਹੋ ਗਈ। ਪਰ ਜਿਹੜੀ ਇਹ ਮੋਦੀ ਦੀ BJP ਸਰਕਾਰ ਆ ਨਾ, ਇਹਦਾ ਦੇਖੋ ਕੈਂਡੀਡੇਟ ਜੇ ਟਿਕਟ ਵੀ ਲਊਗਾ, ਪਿੰਡਾਂ 'ਚ ਗਿਆ ਉਹਦੇ ਜੁੱਤੀਆਂ ਵੱਜਣੀਆਂ, ਲੋਕਾਂ 'ਚ ਘੜੀਸ ਘੜੀਸ ਕੇ ਕੱਪੜੇ ਵੀ ਪਾੜ ਦਿਆ ਕਰਨੇ ਤੁਹਾਨੂੰ ਤੋਂ। ਇਹ ਕਰਕੇ BJP ਦਾ ਤਾਂ ਬੀ ਨਾਸ ਹੋਣ ਵਾਲਾ, ਆਉਣ ਵਾਲੇ ਸਮੇਂ 'ਚ BJP ਦੇ ਭੁੱਲ ਜਾਵੇ ਵੀ ਅਸੀਂ ਇਲੈਕਸ਼ਨਾਂ ਦੇ ਵਿੱਚ ਗਾਂ ਕਿਤੇ ਕੈਂਡੀਡੇਟ ਖੜੇ ਕਰਾਂਗੇ ਜਾਂ ਕੋਈ ਸਾਡਾ ਬੰਦਾ ਜਿੱਤ ਜੂਗਾ ਪੰਜਾਬ ਦੇ ਵਿੱਚ, ਤਾਂ ਇਹਨਾਂ ਨੂੰ BJP ਵਾਲੇ ਟਿਕਟਾਂ ਜਿਹਨਾਂ ਨੂੰ ਮਿਲਣਗੀਆਂ ਉਹਨਾਂ ਨੂੰ ਕੁੱਟ ਬਹੁਤ ਜ਼ਿਆਦਾ ਪੈਣੀ ਭਾਅ ਜੀ। ਇਹ ਸੰਸਦ ਦਾ ਸ਼ਾਸਨ ਹੈ, ਪੰਜਾਬ ਪ੍ਰਧਾਨ ਗੁਰਦੇਵ ਸਿੰਘ ਸੰਧੂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਆ ਰਹੀਆਂ ਨੇ, ਹੁਣ ਲਗਾਤਾਰ ਪੰਜਾਬ ਦੀ ਗੱਲ ਕਰੇ ਭਾਜਪਾ ਦਾ ਰੋਗ ਹੀ ਬਿਲਕੁਲ ਤਰ੍ਹਾਂ ਸਫਾਇਆ ਹੋ ਚੁੱਕਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਗਾ ਕਿ ਆਉਣ ਜਿਵੇਂ ਕਿ ਲਗਾਤਾਰ ਗੱਲਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ 'ਤੇ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਕੋਈ ਆਪਣਾ ਫੈਸਲਾ ਲਵੇਗੀ, ਪਰ ਹੁਣ ਦੇਖਣਾ ਹੋਗਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਗੱਲਾਂ ਹੋ ਰਹੀਆਂ ਨੇ ਇਹ ਸਾਬਤ ਹੁੰਦੀਆਂ ਕਿ ਨਹੀਂ ਹੁੰਦੀਆਂ। ਤਰਨ ਤਾਰਨ ਤੋਂ ਪਾਉਣ ਪਰ ਪੰਜਾਬੀ ਲੋਕ ਚੰਗੇ।